ਦੇਖੋ, ਪੰਜਾਬ ਗਵਰਨਮੈਂਟ ਨੇ ਪੰਜਾਬ ਦੀ ਜਨਤਾ ਨੂੰ ਇੱਕ ਤੋਹਫ਼ਾ ਦਿੱਤਾ ਹੈ। ਕਿਸੇ ਸੂਬੇ ਨੇ ਵੈਟ ਨਹੀਂ ਵਧਾਇਆ। ਇੱਕ ਪਾਸੇ ਕਹਿੰਦੇ ਜੀ ਅਸੀਂ 300 ਯੂਨਿਟ ਬਿਜਲੀ ਦੇ ਮਾਫ਼ ਕਰਦੇ ਸੀ, ਉਹਦਾ ਜ਼ੀਰੋ ਬਿੱਲ, ਇੱਧਰ ਜ਼ੀਰੋ ਬਿੱਲ, ਉੱਧਰੋਂ ਡੀਜ਼ਲ ਦੇ ਰੇਟ ਅਤੇ ਪੈਟਰੋਲ ਦੇ ਵਧਾ ਕੇ ਪੈਸਾ ਕੱਢੀ ਜਾਂਦੇ ਆ। ਅਖੀਰ 'ਚ ਲੋਕਾਂ ਦੀ, ਜਨਤਾ ਦੀ ਜੇਬ 'ਚੋਂ ਪੈਸਾ ਕੱਢੀ ਜਾਂਦੇ ਆ। ਆ ਇੱਕ ਬਹੁਤ ਵੱਡੀ ਫਰੋਡ ਸਰਕਾਰ ਹੈ, ਕਹਿੰਦੀ ਕੁਛ ਹੈ ਅਤੇ ਕਰਦੀ ਕੁਛ ਹੈ। ਦੇਖੋ, ਸਾਨੂੰ ਬੜਾ ਮਾਣ ਹੈ, ਆਹ ਜਿਹੜਾ ਮੋਹਾਲੀ 'ਚ ਆਰਮ ਫੋਰਸ ਇੰਸਟੀਚਿਊਟ ਹੈ, ਬਾਦਲ ਸਾਹਿਬ ਨੇ ਬਣਾਇਆ ਸੀ। ਉਦੋਂ ਬਹੁਤ ਘੱਟ ਗਿਣਤੀ ਦੇ ਪੰਜਾਬੀ ਆਰਮੀ ਜਾ ਰਹੇ ਸੀ। ਇੰਸਟੀਚਿਊਟ ਬਣਾਉਣ ਨਾਲ ਦੇਖੋ ਹਰ ਸਾਲ ਨੰਬਰ ਵੱਧ ਰਿਹਾ। ਅੱਜ ਬੜੀ ਖੁਸ਼ੀ ਹੈ, 10 ਬੱਚੇ ਸਿਲੈਕਟ ਹੋਏ, ਮੈਂ ਉਹਨੂੰ ਵਧਾਈ ਦੇਣਾ।